ਸਾਡੇ ਲਈ ਬਹੁਤ ਖੁਸ਼ੀ ਦਾ ਅੱਜ ਮੁਬਾਰਕ ਮੌਕਾ ਹੈ ਜੀ। ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ, ਸਾਡੇ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਜੀ, ਸਾਡੀ ਮਾਤਾ ਜੀ, ਸਾਡੇ ਭੈਣ ਜੀ ਮਨਪ੍ਰੀਤ ਕੌਰ, ਸਭ ਦੇ ਘਰ ਖੁਸ਼ੀ ਦਾ ਇੱਕ ਸੱਚੇ ਪਾਤਸ਼ਾਹ ਨੇ ਮੌਕਾ ਦਿੱਤਾ। ਅੱਜ ਬੇਟੀ ਪੈਦਾ ਹੋਈ ਹੈ ਜੀ ਮਾਨ ਸਾਹਿਬ ਦੇ ਪਰਿਵਾਰ ਦੇ ਵਿੱਚ, ਮੁੱਖ ਮੰਤਰੀ ਪਰਿਵਾਰ ਦੇ ਵਿੱਚ। ਸੋ ਮੇਰੇ ਵੱਲੋਂ, ਸਾਡਾ ਵਿਧਾਨ ਸਭਾ ਨਾਭਾ ਦੀ ਮਹਿਲਾ ਵਿੰਗ ਸਾਰੀ ਟੀਮ ਵੱਲੋਂ, ਸਾਡੀ ਲੀਡਰਸ਼ਿਪ ਵੱਲੋਂ, ਵਿਧਾਨ ਸਭਾ ਨਾਭਾ ਵੱਲੋਂ, ਮੁੱਖ ਮੰਤਰੀ ਪੰਜਾਬ, ਮੁੱਖ ਮੰਤਰੀ ਸਾਹਿਬ ਦੇ ਪੂਰੇ ਪਰਿਵਾਰ ਨੂੰ, ਸਾਡੀ ਬੇਬੇ ਨੂੰ, ਸਾਡੇ ਭੈਣ ਜੀ ਹੋਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਪਰਮਾਤਮਾ ਕਰੇ ਬੱਚੀ ਤੰਦਰੁਸਤ ਰਹੇ, ਪਰ ਬੱਚੀ ਵੱਡੀ ਹੋ ਕੇ ਆਪਣੇ ਮਾਂ ਬਾਪ ਦਾ ਰੌਸ਼ਨ ਕਰੇ, ਆਪਣੇ ਪੰਜਾਬ ਲਈ, ਆਪਣੇ ਦੇਸ਼ ਲਈ ਕੰਮ ਕਰੇ। ਸੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਮੁੱਖ ਮੰਤਰੀ ਪੰਜਾਬ ਨੂੰ। ਧੀਆਂ ਜਿਹੜੀਆਂ ਨੇ ਨਾ ਜੀ, ਸੰਸਾਰ ਬਹੁਤ ਬਦਲ ਗਿਆ। ਅੱਜ ਧੀਆਂ ਜਿਹੜੀਆਂ ਨੇ ਪੁੱਤਾਂ ਨਾਲੋਂ ਵੱਧ ਮਾਂ ਬਾਪ ਦੀ ਸੇਵਾ ਕਰਦੀਆਂ ਨੇ। ਪੁੱਤ ਤਾਂ ਜੀ ਜ਼ਮੀਨਾਂ ਬਣਾਉਂਦੇ ਨੇ, ਹਿੱਸੇ ਪਿੱਛੇ ਲੜਦੇ ਨੇ ਕਿ ਜੀ ਮੈਨੂੰ ਘੱਟ ਪ੍ਰੋਪਰਟੀ ਮਿਲੇ, ਮੈਨੂੰ ਘੱਟ ਮਿਲੇ। ਧੀ ਕੋਲ ਕੁਛ ਵੀ ਨਹੀਂ ਹੁੰਦਾ ਜੀ, ਪਰ ਧੀ ਫਿਰ ਵੀ ਆਪਣੇ ਮਾਂ ਬਾਪ ਦੀ ਅਖੀਰਲੇ ਦਮ ਤੱਕ ਸੇਵਾ ਕਰਦੀ ਹੈ ਜੀ। ਸੋ ਧੀਆਂ ਦਾ ਬਹੁਤ ਉੱਚਾ ਅਹੁਦਾ ਜੀ, ਗੁਰਬਾਣੀ ਦੇ ਵਿੱਚ ਲਿਖਿਆ, ਧੀ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਜੀ। ਸੋ ਇਹ ਸਾਡੀ ਮੈਂਟੈਲਿਟੀ ਜਿਹੜੀ ਹੈ ਕਿ ਧੀਆਂ ਅਗਰ ਪੈਦਾ ਹੋ ਗਈਆਂ ਤਾਂ ਚਿਹਰੇ 'ਤੇ ਉਦਾਸੀ ਲੈ ਆਉਣੀ ਕੋਈ ਚੰਗੀ ਗੱਲ ਨਹੀਂ ਹੈ। ਇਹ ਸਮਾਂ ਬਦਲ ਗਿਆ। ਅੱਜ ਧੀਆਂ ਜਿਹੜੀਆਂ ਨੇ ਮੁੰਡਿਆਂ ਨਾਲੋਂ ਵੀ ਵੱਧ ਕੇ ਸਮਾਜ ਦੇ ਵਿੱਚ ਵੀ, ਮਾਂ ਬਾਪ ਦੀ ਸੇਵਾ ਵੀ, ਪੜ੍ਹਾਈ ਲਿਖਾਈ 'ਚ ਵੀ, ਕਿਸੇ ਵੀ ਕੰਮ ਦੇ ਵਿੱਚ ਧੀਆਂ ਸਭ ਤੋਂ ਅੱਗੇ ਨੇ ਜੀ। ਸਾਨੂੰ ਅੱਜ ਬਹੁਤ ਹੀ ਖੁਸ਼ੀ ਹੈ, ਅੱਜ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਡਾਕਟਰ ਗੁਰਪ੍ਰੀਤ ਕੌਰ ਅਤੇ ਮੈਂ ਸਾਰੇ ਪਰਿਵਾਰ ਨੂੰ ਵਧਾਈ ਦਿੰਦੀ ਹਾਂ। ਉਹਨਾਂ ਦੇ ਘਰ ਧੀ ਪੈਦਾ ਹੋਈ ਆ, ਔਰ ਮੈਂ ਇਹ ਸੋਚਦੀ ਹਾਂ ਕਿ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਅਤੇ ਸਾਡੇ ਦੇਵ ਮਾਨ ਜੀ, ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਹਲਕੇ ਦੇ ਵਿੱਚ ਆ ਕੇ MLA ਸਾਹਿਬ ਦੇ ਲੱਡੂ ਵੰਡੇ ਨੇ ਅਤੇ ਬਹੁਤ ਹੀ ਖੁਸ਼ੀ ਪ੍ਰਗਟ ਕੀਤੀ ਹੈ। ਨੱਚੇ ਹਾਂ ਸਾਰੇ ਅਤੇ ਬਹੁਤ ਹੀ ਵਧੀਆ ਲੱਗ ਰਿਹਾ ਸਾਨੂੰ, ਅਤੇ ਪੰਜਾਬ ਵਾਸੀਆਂ ਨੂੰ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਮੈਂ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ, ਅਤੇ ਅੱਜ CM ਸਾਹਿਬ ਜੀ ਦੇ ਘਰ ਬੇਟੀ ਹੋਈ ਹੈ, ਡਾਕਟਰ ਗੁਰਪ੍ਰੀਤ ਕੌਰ ਜੀ ਦੇ ਘਰ ਬੇਟੀ ਹੋਈ ਹੈ, ਅਤੇ ਉਹਦੇ ਲਈ ਅਸੀਂ ਬਹੁਤ ਬਹੁਤ ਵਧਾਈਆਂ ਦਿੰਦਾ ਉਹਨਾਂ ਦੇ ਪਰਿਵਾਰ ਨੂੰ। ਅਤੇ ਨਾਭਾ ਵਾਸੀਆਂ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੈ, ਅਤੇ ਅਸੀਂ ਸਾਰੀਆਂ ਲੇਡੀਜ਼ ਇੱਥੇ ਇਕੱਠੀਆਂ ਹੋ ਕੇ, ਲੇਡੀਜ਼ ਵਿੰਗ ਇਕੱਠਾ ਹੋ ਕੇ ਬਹੁਤ ਬਹੁਤ ਮੁਬਾਰਕਾਂ ਦੇ ਰਹੇ ਹਾਂ ਉਹਨੂੰ, ਅਤੇ ਇੱਥੇ ਲੱਡੂ ਵੰਡੇ ਗਏ ਨੇ, ਨੱਚਿਆ ਟੱਪਿਆ ਗਿਆ, ਅਤੇ ਇੱਕ ਅਸੀਂ ਅੱਜ ਮੀਟਿੰਗ ਵੀ ਰੱਖੀ ਹੋਈ ਹੈ ਅਗਲੇ ਇਲੈਕਸ਼ਨਸ ਨੂੰ ਲੈ ਕੇ, ਕਿ ਜੋ ਵੀ ਜ਼ੋਰ ਸ਼ੋਰ ਨਾਲ ਲੇਡੀਜ਼ ਅੱਗੇ ਵੱਧ ਚੜ੍ਹ ਕੇ ਆਉਣ। ਹਾਂਜੀ, ਮੇਰਾ ਨਾਮ ਸੁਰਿੰਦਰ ਕੌਰ ਧੰਜੂ, ਪ੍ਰੈਜੀਡੈਂਟ ਵੂਮਨ ਵਿੰਗ ਜ਼ਿਲ੍ਹਾ ਪਟਿਆਲਾ। ਅਤੇ ਮੈਂ ਆਪਣੇ ਵੱਲੋਂ ਅਤੇ ਪੂਰੇ ਵੂਮਨ ਵਿੰਗ ਵੱਲੋਂ CM ਸਾਹਿਬ ਅਤੇ ਡਾਕਟਰ ਗੁਰਪ੍ਰੀਤ ਕੌਰ ਨੂੰ ਬੇਟੀ ਪੈਦਾ ਹੋਣ 'ਤੇ ਬਹੁਤ ਬਹੁਤ ਵਧਾਈ ਦਿੰਦੀ ਹਾਂ। ਅਤੇ ਇਸ ਦੇ ਨਾਲ ਸਾਨੂੰ ਬਹੁਤ, ਸਾਡੇ ਔਰਤ ਸਮਾਜ ਵਿੱਚ, ਨਾਰੀ ਸਮਾਜ ਵਿੱਚ ਬਹੁਤ ਖੁਸ਼ੀ ਦਾ ਵਾਧਾ ਹੋਇਆ ਕਿ ਸਾਡੀ ਨਾਰੀ ਸ਼ਕਤੀ ਵਿੱਚ ਵਾਧਾ ਹੋਇਆ ਧੀ, ਕਿਉਂਕਿ ਜਿਵੇਂ ਕਿ ਇੱਕ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਸੋ ਘੁੰਮਦਾ ਆਖੀਏ ਜਿੱਤ ਜੰਮੇ ਰਾਜਾਨ। ਧੀ ਨੂੰ ਗੁਰੂ ਮਹਾਰਾਜ ਨੇ ਵੀ ਗੁਰਬਾਣੀ ਵਿੱਚ ਵੀ ਬਹੁਤ ਵੱਡਾ ਰੁਤਬਾ ਦਿੱਤਾ ਕਿ ਔਰਤ ਪੈਦਾ ਹੁੰਦੀ ਹੈ ਅਤੇ ਔਰਤ ਨਾਲ ਬਹੁਤ ਵੱਡੇ ਰਿਸ਼ਤੇ ਪੈਦਾ ਹੁੰਦੇ ਨਾਲ, ਅਤੇ ਸਮਾਜ ਵਿੱਚ ਔਰਤ ਨੂੰ ਇੱਜ਼ਤ ਮਿਲਣੀ ਚਾਹੀਦੀ ਹੈ। ਅਤੇ ਸਾਡੇ CM ਸਾਹਿਬ ਸਾਨੂੰ ਬਹੁਤ, ਔਰਤ ਜਾਤ ਨੂੰ ਬਹੁਤ ਸਤਿਕਾਰ ਦਿੱਤਾ, ਕਿਉਂਕਿ ਸਾਡੇ ਵੂਮਨ ਵਿੰਗ ਵਿੱਚ ਸਾਡੇ CM ਸਾਹਿਬ ਨੇ ਸਾਨੂੰ ਬਹੁਤ ਸਨਮਾਨ ਦਿੱਤਾ। ਇੰਨਾ ਕਿਸੇ ਵੀ ਪਾਰਟੀ ਦੇ ਵਿੱਚ ਔਰਤ ਨੂੰ ਸਨਮਾਨ ਨਹੀਂ ਮਿਲਿਆ ਜਿੰਨਾ ਸਾਡੀ ਆਮ ਆਦਮੀ ਪਾਰਟੀ ਵਿੱਚ ਔਰਤ ਨੂੰ ਹਰ ਪੱਖ ਤੋਂ ਅੱਗੇ ਰੱਖਿਆ ਗਿਆ। ਅਤੇ ਮੈਂ ਫਿਰ ਆਪਣੇ ਵੱਲੋਂ ਅਤੇ ਆਪਣੇ ਵੂਮਨ ਵਿੰਗ ਵੱਲੋਂ CM ਸਾਹਿਬ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਅਤੇ ਅਸੀਂ ਅੱਜ ਇੱਥੇ ਨਾਭਾ ਵਿਖੇ ਮੀਟਿੰਗ 'ਤੇ ਆਏ ਸੀ, ਅਤੇ ਦੇਵਮਾਨ ਸਾਡੇ MLA ਸਾਹਿਬ ਨਾਲ ਅਸੀਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਅਤੇ ਅੱਜ CM ਸਾਹਿਬ ਦੇ ਘਰ ਬੇਟੀ ਹੋਈ ਹੈ ਜੀ, ਅਸੀਂ ਉਹਨਾਂ ਨੂੰ ਸਾਰੇ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ, ਸਾਡੀ ਮਹਿਲਾ ਵਿੰਗ ਦੀ ਟੀਮ ਵੱਲੋਂ ਅਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਅਸੀਂ ਅੱਜ ਨਾਭੇ ਦੇ ਵਿੱਚ ਲੱਡੂ ਵੰਡ ਕੇ ਸਾਰਿਆਂ ਨੇ ਮਹਿਲਾ ਵਿੰਗ ਨੇ ਰਲ ਕੇ ਅਸੀਂ ਬਹੁਤ ਖੁਸ਼ੀ ਮਨਾਈ ਹੈ ਜੀ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X और
WhatsApp चैनल पर।